ਵੈਲਕਮ ਟੂ ਮੋਹਿੰਦਰਸ ਕਿਚਨ। ਲਓ ਜੀ ਅੱਜ ਆਪਾਂ ਬਣਾਵਾਂਗੇ ਗਾਰਲਿਕ ਨਾਨ। ਲਓ ਜੀ 2 ਤੋਂ 3 ਪਾਉਂਡ ਲਵਾਂਗੇ ਮੈਦਾ, 1/2 ਚਮਚ ਪਾਵਾਂਗੇ ਬੇਕਿੰਗ ਸੋਡਾ, 1/2 ਚਮਚ ਪਾਵਾਂਗੇ ਜੀਸਟ ਦਾ, ਸਵਾਦ ਅਨੁਸਾਰ ਪਾਵਾਂਗੇ ਨਮਕ, 2 ਤੋਂ 3 ਚਮਚ ਪਾਵਾਂਗੇ ਤੇਲ ਦੇ, ਹੈਫ ਮਿਲਕ ਹੈਫ ਵਾਟਰ। ਲਓ ਜੀ ਇਹਨੂੰ ਕਰਾਂਗੇ ਮਿਕਸ ਅਤੇ ਬਣਾਵਾਂਗੇ ਆਪਣਾ ਇਹਦਾ ਡੋ। ਲਓ ਜੀ ਆਪਣਾ ਆਟਾ ਹੋ ਗਿਆ ਰੈਡੀ, ਉਹਨੇ ਤੇ ਉੱਤੇ ਲਾਵਾਂਗੇ ਥੋੜ੍ਹਾ ਜਿਹਾ ਤੇਲ ਤਾਂ ਕਿ ਆਪਣਾ ਆਟਾ ਸੁੱਕੇ ਨਾ, ਅਤੇ ਇਹਨੂੰ 20 ਤੋਂ 30 ਮਿੰਟ ਲਈ ਕਵਰ ਕਰਕੇ ਰੱਖਾਂਗੇ। ਥੋੜ੍ਹਾ ਜਿਹਾ ਲਾਵਾਂਗੇ ਆਪਾਂ ਟਰੇ 'ਤੇ ਮੈਦਾ ਤਾਂ ਕਿ ਆਪਣੇ ਪੇੜੇ ਥੱਲੇ ਨਾ ਜੁੜਨ। ਲਓ ਜੀ ਆਪਣੇ 40 ਮਿੰਟ ਹੋ ਗਏ ਆ, ਹੁਣ ਆਪਾਂ ਕਰਾਂਗੇ ਪੇੜੇ। ਆਟਾ ਵੀ ਆਪਣਾ ਰੈਡੀ ਆ। ਲਓ ਜੀ ਪੇੜੇ ਹੋ ਗਏ ਆਪਣੇ ਰੈਡੀ, ਹੁਣ ਇਹਦੇ ਉੱਤੇ ਆਪਾਂ ਲਾਵਾਂਗੇ ਥੋੜ੍ਹਾ ਜਿਹਾ ਤੇਲ ਤਾਂ ਕਿ ਆਪਣੇ ਪੇੜੇ ਸੁੱਕਣ ਨਾ। ਥੋੜ੍ਹਾ ਜਿਹਾ ਲਾਵਾਂਗੇ ਉੱਤੇ ਲਸਣ। ਥੋੜ੍ਹਾ ਜਿਹਾ ਲਾਵਾਂਗੇ ਧਨੀਆ। ਲਓ ਜੀ ਉੱਤੇ ਲਾਵਾਂਗੇ ਥੋੜ੍ਹਾ ਜਿਹਾ ਬਟਰ, ਅਗਰ ਤੁਹਾਨੂੰ ਬਟਰ ਨਹੀਂ ਪਸੰਦ ਤੁਸੀਂ ਦੇਸੀ ਘੇ ਵੀ ਲਾ ਸਕਦੇ ਹੋ। ਗਾਈਜ਼ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਕਰੋ ਲਾਈਕ ਕਮੈਂਟ ਐਂਡ ਸ਼ੇਅਰ। ਥੈਂਕ ਯੂ ਸੋ ਮੱਚ ਫੋਰ ਵਾਚਿੰਗ।